ਆਪਣਾ ਚਮਕੀਲੇ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਡੁਗਰੀ ਦਾ ਮੁੰਡਾ ਜਿਸ ਦਾ ਨਾਮ ਸੀ ਧਨੀ ਰਾਮ। ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ, ਜਿਸ ਦੇ ਚੱਲਦਿਆਂ ਧਨੀ ਰਾਮ ਨੇ ਇੱਕ ਕੱਪੜਾ ਫੈਕਟਰੀ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਜਿਵੇਂ ਹੀ ਉਸਨੂੰ ਖਾਲੀ ਸਮਾਂ ਮਿਲਦਾ ਤੇ ਉਹ ਗਾਣਾ ਲਿਖਣਾ ਸ਼ੁਰੂ ਕਰ ਦਿੰਦਾ। ਉਸਨੂੰ ਲੋੜ ਸੀ ਤਾਂ ਸਿਰਫ ਇੱਕ ਉਸਤਾਦ ਦੀ, ਅਤੇ ਉਹ ਉਸਤਾਦ ਵੀ ਆਖਿਰਕਾਰ ਉਸਨੂੰ ਮਿਲ ਹੀ ਗਿਆ। ਧਨੀ ਰਾਮ ਦੇ ਹੁਨਰ ਨੂੰ ਦੇਖ ਕੇ ਉਸਤਾਦ ਨੇ ਉਸਨੂੰ ਆਪਣੇ ਨਾਲ ਰੱਖ ਲਿਆ, ਅਤੇ ਉਸਦੇ ਲਿਖੇ ਗਾਣੇ ਗਾ ਕੇ ਉਸਤਾਦ ਵੀ ਮਸ਼ਹੂਰ ਹੋ ਗਿਆ। ਫਿਰ ਧਨੀ ਰਾਮ ਨੇ ਆਪਣੇ ਲਿਖੇ ਗਾਣੇ ਖੁਦ ਗਾਉਣ ਦਾ ਫੈਸਲਾ ਕੀਤਾ, ਅਤੇ ਦੇਖਦੇ ਹੀ ਦੇਖਦੇ ਪੰਜਾਬ ਦਾ ਇੱਕ ਸੁਪਰਹਿੱਟ ਸਿੰਗਰ ਬਣ ਗਿਆ। ਇਹ ਸਿੰਗਰ ਕੋਈ ਹੋਰ ਨਹੀਂ ਬਲਕਿ ਚਮਕੀਲਾ ਸੀ, ਅਤੇ ਲਗਭਗ 8 ਸਾਲ ਚਮਕੀਲਾ ਨੇ ਇੰਡਸਟਰੀ 'ਤੇ ਰਾਜ ਕੀਤਾ, ਅਤੇ 8 ਮਾਰਚ 1988 ਨੂੰ ਚਮਕੀਲਾ ਅਲਗਾਵਾਦੀਆਂ ਦੀ ਗੋਲੀਆਂ ਦਾ ਸ਼ਿਕਾਰ ਬਣਿਆ। ਇਸ ਵੀਡੀਓ 'ਚ ਮੈਂ ਸੁਣਾਵਾਂਗਾ ਤੁਹਾਨੂੰ ਕਿੱਸਾ ਧਨੀ ਰਾਮ ਦਾ ਚਮਕੀਲਾ ਬਣਨ ਤੱਕ ਦਾ, ਅਤੇ ਕਿਵੇਂ ਦੀ ਸੀ ਉਸਦੀ ਪਰਸਨਲ ਲਾਈਫ, ਕਿਵੇਂ ਦਿਨਾਂ ਦੇ ਵਿੱਚ ਹੀ ਚਮਕੀਲਾ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਰਹਿਣ ਲੱਗ ਪਿਆ। ਚਮਕੀਲਾ ਦੀ ਦੀਵਾਨਗੀ ਤਾਂ ਅਜਿਹੀ ਸੀ ਕਿ ਉਹ ਸਾਲ ਦੇ 365 ਦਿਨਾਂ 'ਚ 366 ਅਖਾੜੇ ਲਗਾਉਂਦਾ ਸੀ। ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼੍ਰੀਦੇਵੀ ਵੀ ਖੁਦ ਨੂੰ ਸਟੇਜ 'ਤੇ ਚਮਕੀਲਾ ਦੇ ਗਾਣਿਆਂ ਉੱਤੇ ਨੱਚਣ ਲਈ ਰੋਕ ਨਾ ਪਾਈ। ਪਰ ਫਿਰ ਅਜਿਹਾ ਕੀ ਹੋਇਆ ਕਿ ਲੋਕਾਂ ਦਾ ਦਿਲ ਜਿੱਤਣ ਵਾਲਾ ਚਮਕੀਲਾ ਕੁਝ ਲੋਕਾਂ ਦੀ ਅੱਖਾਂ 'ਚ ਰੜਕਣ ਲੱਗਾ, ਅਤੇ ਉਸਨੂੰ ਫਿਰ ਆਪਣੀ ਜਾਨ ਗਵਾਉਣੀ ਪੈ ਗਈ। 1988 'ਚ ਜਦ ਚਮਕੀਲਾ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਤਾਂ ਉਸ ਦੇ ਨਾਲ 3 ਹੋਰ ਲੋਕਾਂ ਦੀ ਵੀ ਜਾਨ ਗਈ ਸੀ, ਜਿਨ੍ਹਾਂ ਵਿੱਚੋਂ ਇੱਕ ਸੀ ਅਮਰਜੋਤ ਕੌਰ, ਜੋ ਚਮਕੀਲਾ ਦੀ ਵੋਟੀ ਹੋਣ ਦੇ ਨਾਲ ਨਾਲ ਸਟੇਜ ਸਾਂਝਾ ਕਰਨ ਵਾਲੀ ਜੋੜੀਦਾਰ ਗਾਇਕਾ ਵੀ ਸੀ। ਚਮਕੀਲੇ ਦੀ ਮੌਤ ਤੋਂ ਬਾਅਦ ਪੁਲਿਸ ਦੀ ਕਾਰਵਾਈ ਵਿੱਚ ਕੀ ਹੋਇਆ, ਇਹ ਵੀ ਇੱਕ ਵੱਡਾ ਸਵਾਲ ਹੈ, ਅਤੇ ਚਮਕੀਲੇ ਦੀ ਮੌਤ ਦਾ ਅਸਲ ਕਾਰਨ ਕੀ ਸੀ। ਇਹਨਾਂ ਸਭ ਸਵਾਲਾਂ ਦੇ ਜਵਾਬ ਅੱਜ ਤੁਹਾਨੂੰ ਮੈਂ ਦੇਵਾਂਗਾ ਇਸ ਖਾਸ ਵੀਡੀਓ ਦੇ ਵਿੱਚ, ਜੋ ਹੈ ਕਿੱਸਾ ਧਨੀ ਰਾਮ ਤੋਂ ਅਮਰ ਸਿੰਘ ਚਮਕੀਲਾ ਤੱਕ ਦਾ। ਇਹ ਕਿੱਸਾ ਸ਼ੁਰੂ ਹੁੰਦਾ ਹੈ 21 ਜੁਲਾਈ 1960 ਤੋਂ, ਜਦ ਹਰੀ ਸਿੰਘ ਦੇ ਘਰ ਇੱਕ ਮੁੰਡੇ ਦਾ ਜਨਮ ਹੁੰਦਾ ਹੈ, ਜਿਸ ਦਾ ਨਾਮ ਰੱਖਿਆ ਜਾਂਦਾ ਹੈ ਧਨੀ ਰਾਮ। ਧਨੀ ਰਾਮ ਦੀਆਂ 2 ਵੱਡੀਆਂ ਭੈਣਾਂ ਅਤੇ 2 ਛੋਟੇ ਭਰਾ ਸਨ। ਇਹਨਾਂ ਦੇ ਘਰ ਸ਼ੁਰੂ ਤੋਂ ਹੀ ਕਾਫ਼ੀ ਜ਼ਿਆਦਾ ਗਰੀਬੀ ਸੀ, ਜਿਸ ਕਰਕੇ ਧਨੀ ਰਾਮ ਨੇ ਆਪਣੇ ਪਿਤਾ ਦੀ ਮਦਦ ਕਰਨ ਦੇ ਲਈ ਬਚਪਨ ਤੋਂ ਹੀ ਕੰਮ ਕਰਨ ਦਾ ਮਨ ਬਣਾ ਲਿਆ ਸੀ। ਬਹੁਤ ਘੱਟ ਉਮਰ 'ਚ ਹੀ ਉਸਨੇ ਆਪਣੇ ਘਰ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਤੇ ਲੈ ਲਈ, ਅਤੇ ਲੁਧਿਆਣਾ ਦੀ ਬਲਰਾਜ ਇੰਡਸਟਰੀ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੇ ਵਿਚਕਾਰ 7 ਦਸੰਬਰ 1975 ਨੂੰ ਮਹਿਜ਼ 15-16 ਸਾਲ ਦੀ ਉਮਰ ਵਿੱਚ ਹੀ ਧਨੀ ਰਾਮ ਦਾ ਵਿਆਹ ਗੁਰਮੇਲ ਕੌਰ ਦੇ ਨਾਲ ਹੋਇਆ, ਜਿਸ ਤੋਂ ਬਾਅਦ ਉਸਦੇ ਘਰ 2 ਬੇਟੀਆਂ ਨੇ ਜਨਮ ਲਿਆ। ਹਾਲਾਂਕਿ ਧਨੀ ਰਾਮ ਦਾ ਸੁਪਨਾ ਕੁਝ ਹੋਰ ਸੀ, ਉਹ ਇੱਕ ਵੱਡਾ ਕਲਾਕਾਰ ਬਣਨਾ ਚਾਹੁੰਦਾ ਸੀ, ਜਿਸ ਲਈ ਉਸਨੂੰ ਇੱਕ ਉਸਤਾਦ ਦੀ ਲੋੜ ਸੀ, ਅਤੇ ਉਸ ਵਕਤ ਪੰਜਾਬ ਦੇ 3 ਗਾਇਕ ਬੇਹੱਦ ਮਸ਼ਹੂਰ ਸਨ, ਸੁਰਿੰਦਰ ਸ਼ਿੰਦਾ, ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ। ਕਿਸੇ ਵੇਲੇ ਸੁਰਿੰਦਰ ਸ਼ਿੰਦਾ ਦੇ ਨਾਲ ਕੰਮ ਕਰ ਚੁੱਕੇ ਜਗਤਾਰ ਸਿੰਘ ਟਾਈਮਸ ਆਫ ਇੰਡੀਆ ਨੂੰ ਗੱਲਬਾਤ ਦੇ ਦੌਰਾਨ ਦੱਸਦੇ ਨੇ ਕਿ 26 ਜਨਵਰੀ 1978 ਇਹ ਉਹ ਦਿਨ ਸੀਗਾ ਜਦ ਉਹਨਾਂ ਦੀ ਪਹਿਲੀ ਵਾਰ ਚਮਕੀਲਾ ਦੇ ਨਾਲ ਮੁਲਾਕਾਤ ਹੋਈ। ਜਗਤਾਰ ਸਿੰਘ ਦੱਸਦੇ ਨੇ ਕਿ ਚਮਕੀਲਾ ਨੂੰ ਪਤਾ ਲੱਗਿਆ ਕਿ ਉਹ ਸੁਰਿੰਦਰ ਸ਼ਿੰਦਾ ਅਤੇ ਮੁਹੰਮਦ ਸਦੀਕ ਵਰਗੇ ਕਲਾਕਾਰਾਂ ਦੇ ਨਾਲ ਕੰਮ ਕਰਦੇ ਹਨ, ਅਤੇ ਮੌਕੇ ਦੀ ਤਲਾਸ਼ ਵਿੱਚ ਚਮਕੀਲਾ ਮੇਰੇ ਕੋਲ ਆਇਆ, ਜਿਸ ਤੋਂ ਬਾਅਦ ਸੁਰਿੰਦਰ ਸ਼ਿੰਦਾ ਦੇ ਢੋਲਕੀ ਵਾਦਕ ਕੇਸਰ ਸਿੰਘ ਟਿੱਕੀ ਨੇ ਸੁਰਿੰਦਰ ਸ਼ਿੰਦਾ ਨੂੰ ਚਮਕੀਲੇ ਦੇ ਵਾਸਤੇ ਸਿਫਾਰਿਸ਼ ਕੀਤੀ। ਮੁਲਾਕਾਤ ਤੋਂ ਬਾਅਦ ਸ਼ਿੰਦਾ ਨੂੰ ਧਨੀ ਰਾਮ ਦੇ ਵਿੱਚ ਕੁਝ ਖਾਸ ਨਜ਼ਰ ਆਇਆ, ਅਤੇ ਫਿਰ ਸੁਰਿੰਦਰ ਸ਼ਿੰਦਾ ਨੇ ਧਨੀ ਰਾਮ ਨੂੰ ਆਪਣਾ ਸ਼ਗਿਰਦ ਬਣਾ ਲਿਆ। ਹਾਰਮੋਨੀਅਮ ਤੋਂ ਲੈ ਕੇ ਤੁੰਬੀ ਤੱਕ ਚਮਕੀਲਾ ਦੀ ਕਾਫ਼ੀ ਵਧੀਆ ਪਕੜ ਸੀ। ਹੌਲੀ ਹੌਲੀ ਉਹ ਸੁਰਿੰਦਰ ਸ਼ਿੰਦਾ ਦੀ ਮੰਡਲੀ ਦਾ ਇੱਕ ਖਾਸ ਹਿੱਸਾ ਬਣ ਗਿਆ। ਜਿੱਥੇ ਵੀ ਸ਼ਿੰਦਾ ਦਾ ਅਖਾੜਾ ਲੱਗਦਾ ਤੇ ਉੱਥੇ ਦਰੀਆਂ ਵਿਛਾਉਣ ਤੋਂ ਲੈ ਕੇ ਸਟੇਜ ਸਜਾਉਣ ਤੱਕ ਸਾਰਾ ਕੰਮ ਧਨੀ ਰਾਮ ਦਾ ਹੁੰਦਾ, ਅਤੇ ਕਦੇ ਕਦੇ ਤਾਂ ਧਨੀ ਰਾਮ ਨੂੰ ਗੀਤ ਗਾਉਣ ਦਾ ਮੌਕਾ ਵੀ ਮਿਲ ਜਾਂਦਾ।
ਸੁਰਿੰਦਰ ਸ਼ਿੰਦਾ ਨੇ ਬੀਬੀਸੀ ਨੂੰ ਗੱਲਬਾਤ ਦਰਮਿਆਨ ਦੱਸਿਆ ਕਿ ਚੰਡੀਗੜ੍ਹ ਦੇ ਇੱਕ ਰਾਮਲੀਲਾ ਸਟੇਜ ਦੇ ਦੌਰਾਨ ਹੀ ਧਨੀ ਰਾਮ ਦਾ ਨਾਮ ਖੁਸ਼ ਹੋ ਕੇ ਚਮਕੀਲਾ ਰੱਖ ਦਿੱਤਾ ਗਿਆ ਸੀਗਾ। ਵੈਸੇ ਧਨੀ ਰਾਮ ਦਾ ਕਾਗਜ਼ੀ ਨਾਮ ਅਮਰ ਸਿੰਘ ਸੀ, ਜਿਸ ਤੋਂ ਬਾਅਦ ਉਸ ਦੇ ਨਾਮ ਦੇ ਨਾਲ ਚਮਕੀਲਾ ਜੋੜ ਦਿੱਤਾ ਗਿਆ। ਚਮਕੀਲਾ ਦੀ ਕਿਸਮਤ ਉਦੋਂ ਖੁੱਲ੍ਹੀ ਜਦ 1977 ਦੇ ਨੇੜੇ ਸੁਰਿੰਦਰ ਸ਼ਿੰਦਾ ਨੇ ਚਮਕੀਲਾ ਦਾ ਲਿਖਿਆ ਪਹਿਲਾ ਗੀਤ ਗਾਇਆ, ਜਿਸ ਦਾ ਨਾਮ ਸੀ ਮੈਂ ਡਿੱਗੀ ਤਿਲਕ ਕੇ। ਇਹ ਗਾਣਾ ਸੁਪਰ ਹਿੱਟ ਰਿਹਾ, ਜਿਸ ਤੋਂ ਬਾਅਦ ਸ਼ਿੰਦਾ ਨੇ ਚਮਕੀਲਾ ਦੇ ਲਿਖੇ ਕਈ ਗੀਤ ਗਾਏ। ਅਤੇ ਦੂਜੇ ਪਾਸੇ ਚਮਕੀਲਾ ਵੀ ਇੱਕ ਮੌਕੇ ਦੀ ਤਲਾਸ਼ ਵਿੱਚ ਸੀ, ਕਿਉਂਕਿ ਉਸਦਾ ਮੁੱਖ ਮਕਸਦ ਸੀ ਇੱਕ ਵੱਡਾ ਗਾਇਕ ਬਣਨਾ। ਫਿਰ ਆਇਆ ਸਾਲ 1978-1979। ਸੁਰਿੰਦਰ ਸ਼ਿੰਦਾ ਆਪਣੇ ਸ਼ੋਅ ਦੇ ਵਾਸਤੇ ਕੈਨੇਡਾ ਗਏ। ਉਸ ਵਕਤ ਸ਼ਿੰਦਾ ਦੀ ਜੋੜੀ ਸੀ ਸੁਰਿੰਦਰ ਸੋਨੀਆ ਦੇ ਨਾਲ, ਪਰ ਸ਼ਿੰਦਾ ਉਸ ਵੇਲੇ ਸੁਰਿੰਦਰ ਸੋਨੀਆ ਨੂੰ ਛੱਡ ਗੁਲਸ਼ਨ ਕੋਮਲ ਨੂੰ ਨਾਲ ਲੈ ਗਏ, ਜਿਸ ਦੇ ਚੱਲਦਿਆਂ ਸੁਰਿੰਦਰ ਸੋਨੀਆ ਕਾਫੀ ਜ਼ਿਆਦਾ ਨਾਰਾਜ਼ ਸੀ। ਇੱਕ ਇੰਟਰਵਿਊ ਵਿੱਚ ਚਮਕੀਲਾ ਦੇ ਮੈਨੇਜਰ ਰਹੇ ਕੁਲਵਿੰਦਰ ਦੱਸਦੇ ਨੇ ਕਿ ਚਮਕੀਲਾ ਨੂੰ ਇਸ ਵਿੱਚ ਇੱਕ ਮੌਕਾ ਨਜ਼ਰ ਆਇਆ। ਉਸਨੇ ਸੁਰਿੰਦਰ ਸੋਨੀਆ ਨੂੰ ਆਪਣੇ ਨਾਲ ਅਖਾੜੇ ਲਗਾਉਣ ਦੇ ਲਈ ਰਾਜ਼ੀ ਕਰ ਲਿਆ, ਅਤੇ 1980 ਵਿੱਚ ਇਹਨਾਂ ਦੀ ਪਹਿਲੀ ਐਲਬਮ ਰਿਲੀਜ਼ ਹੋਈ, ਜਿਸ ਦਾ ਨਾਮ ਸੀ ਟਕੂਏ ਤੇ ਟਕੂਆ ਖੜਕੂ। ਚਮਕੀਲੇ ਦੀ ਪਹਿਲੀ ਐਲਬਮ ਨੇ ਹੀ ਉਸਨੂੰ ਕਾਮਯਾਬੀ ਦੇ ਸ਼ਿਖਰਾਂ ਤੇ ਪਹੁੰਚਾ ਦਿੱਤਾ। ਹਾਲਾਂਕਿ ਉਸ ਵਕਤ ਗਾਇਕਾਂ ਦੀ ਜ਼ਿਆਦਾ ਕਮਾਈ ਸਟੇਜ ਸ਼ੋਆਂ ਤੋਂ ਹੀ ਹੁੰਦੀ ਸੀ। ਚਮਕੀਲਾ ਤੇ ਸੁਰਿੰਦਰ ਸੋਨੀਆ ਨੇ ਕਾਫੀ ਅਖਾੜੇ ਇਕੱਠੇ ਲਗਾਏ, ਪਰ ਸੋਨੀਆ ਉਸਨੂੰ ਕਾਫੀ ਘੱਟ ਪੈਸੇ ਦਿੰਦੀ ਸੀ, ਜਿਸ ਤੋਂ ਬਾਅਦ ਇਹਨਾਂ ਦੇ ਵਿਚਕਾਰ ਵਿਵਾਦ ਪੈਦਾ ਹੋ ਗਏ ਅਤੇ ਆਖਿਰਕਾਰ ਇਹ ਜੋੜੀ ਟੁੱਟ ਗਈ। ਇਸ ਤੋਂ ਬਾਅਦ ਚਮਕੀਲਾ ਨੇ ਮਿਸ ਊਸ਼ਾ ਕਿਰਨ ਅਤੇ ਅਮਰ ਨੂਰੀ ਦੇ ਨਾਲ ਵੀ ਮੰਚ ਸਾਂਝਾ ਕੀਤਾ, ਪਰ ਇਹਨਾਂ ਦੀ ਜੋੜੀ ਕਾਮਯਾਬ ਨਹੀਂ ਰਹੀ। ਚਮਕੀਲਾ ਨੇ ਫਿਰ ਤੋਂ ਤਲਾਸ਼ ਜਾਰੀ ਕੀਤੀ ਅਤੇ ਉਸਨੂੰ ਅਜਿਹੀ ਗਾਇਕਾ ਚਾਹੀਦੀ ਸੀਗੀ ਜੋ ਉਸਦੇ ਲਿਖੇ ਗੀਤ ਉਸਦੇ ਅੰਦਾਜ਼ ਦੇ ਵਿੱਚ ਗਾਏ, ਤੇ ਇਹ ਤਲਾਸ਼ ਖਤਮ ਹੋਈ ਅਮਰਜੋਤ ਤੇ ਜਾ ਕੇ। ਅਮਰਜੋਤ ਕੌਰ ਉਸ ਵੇਲੇ ਕੁਲਦੀਪ ਮਾਣਕ ਦੇ ਨਾਲ ਗਾਉਂਦੀ ਸੀ, ਪਰ ਕੁਲਦੀਪ ਮਾਣਕ ਦੇ ਨਾਲ ਜੋੜੀ ਟੁੱਟਣ ਤੋਂ ਬਾਅਦ ਅਮਰਜੋਤ ਵੀ ਇੱਕ ਜੋੜੀਦਾਰ ਗਾਇਕ ਦੀ ਤਲਾਸ਼ ਵਿੱਚ ਹੀ ਸੀ, ਅਤੇ ਇਸ ਤਰ੍ਹਾਂ ਇਹ ਦੋਨੋਂ ਇੱਕ ਸਟੇਜ ਤੇ ਇਕੱਠਿਆਂ ਗਾਣ ਲੱਗ ਪਏ, ਅਤੇ ਫਿਰ ਇਹਨਾਂ ਨੇ ਪਿੱਛੇ ਮੁੜ ਕੇ ਕਦੇ ਨਹੀਂ ਦੇਖਿਆ। ਇਸ ਜੋੜੀ ਨੇ 1981 ਤੋਂ ਹੀ ਗਾਣਾ ਸ਼ੁਰੂ ਕੀਤਾ। ਚਮਕੀਲਾ ਨਹੀਂ ਚਾਹੁੰਦਾ ਸੀ ਕਿ ਉਸਦੀ ਜੋੜੀ ਅਮਰਜੋਤ ਦੇ ਨਾਲ ਟੁੱਟੇ, ਅਤੇ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਉਸਨੇ ਅਮਰਜੋਤ ਦੇ ਨਾਲ ਮੁੜ ਤੋਂ ਵਿਆਹ ਕੀਤਾ। ਇਹਨਾਂ ਦੋਨਾਂ ਦੀ ਜੋੜੀ ਨੇ ਕਾਫੀ ਸੁਪਰ ਹਿੱਟ ਗਾਣੇ ਦਿੱਤੇ, ਹਾਲਾਂਕਿ ਚਮਕੀਲਾ ਦੇ ਜ਼ਿਆਦਾ ਗੀਤ ਅਸ਼ਲੀਲਤਾ ਦੀ ਸ਼੍ਰੇਣੀ ਵਿੱਚ ਹੀ ਆਉਂਦੇ ਸਨ, ਜਿਸ ਦੇ ਚੱਲਦਿਆਂ ਉਸਦਾ ਵਿਰੋਧ ਵੀ ਸ਼ੁਰੂ ਹੋ ਗਿਆ। ਪਰ ਉਸ ਵੇਲੇ ਦਾ ਯੂਥ ਪੰਜਾਬ ਦਾ ਕਾਫੀ ਜ਼ਿਆਦਾ ਪਸੰਦ ਕਰਦਾ ਸੀ ਚਮਕੀਲਾ ਦੀ ਬੇਬਾਕ ਗਾਇਕੀ ਨੂੰ, ਅਤੇ ਇਹਨਾਂ ਦੀ ਗਾਇਕੀ ਦੇ ਕਰਕੇ ਬਾਕੀ ਗਾਇਕਾਂ ਦਾ ਕੰਮ ਠੱਪ ਹੋਣਾ ਸ਼ੁਰੂ ਹੋ ਗਿਆ। ਚਮਕੀਲਾ ਦਾ ਕਰੇਜ਼ ਤਾਂ ਅਜਿਹਾ ਸੀ ਕਿ ਲੋਕ ਉਸਦੀ ਅਵੇਲੇਬਿਲਟੀ ਦੇ ਮੁਤਾਬਿਕ ਹੀ ਆਪਣੇ ਫੰਕਸ਼ਨਾਂ ਦੀ ਤਾਰੀਖ ਰੱਖਦੇ, ਪਰ ਪੰਜਾਬ 'ਚ ਉਸ ਵੇਲੇ ਅਲਗਾਵਵਾਦੀਆਂ ਦਾ ਵੀ ਦੌਰ ਸੀ, ਜਿਨ੍ਹਾਂ ਦੇ ਵੱਲੋਂ ਚਮਕੀਲਾ ਨੂੰ ਕਈ ਵਾਰ ਧਮਕੀ ਭਰੇ ਖੱਤ ਮਿਲੇ ਕਿ ਉਹ ਅਸ਼ਲੀਲ ਗਾਣੇ ਗਾਉਣਾ ਬੰਦ ਕਰ ਦੇ। ਚਮਕੀਲੇ ਦੇ ਨਾਲ ਕੰਮ ਕਰ ਚੁੱਕੇ ਕੁਲਵਿੰਦਰ ਦੱਸਦੇ ਨੇ ਕਿ 1986 'ਚ ਚਮਕੀਲਾ ਨੇ ਇਹਨਾਂ ਅਲਗਾਵਵਾਦੀਆਂ ਤੋਂ ਮੁਆਫ਼ੀ ਵੀ ਮੰਗੀ ਸੀ ਅਤੇ ਅਸ਼ਲੀਲ ਗਾਣੇ ਗਾਉਣ ਤੋਂ ਤੌਬਾ ਕਰ ਲਈ ਸੀ। ਇਸ ਤੋਂ ਬਾਅਦ ਚਮਕੀਲਾ ਤੇ ਅਮਰਜੋਤ ਨੇ ਧਾਰਮਿਕ ਗੀਤ ਵੀ ਗਾਏ, ਜਿਨ੍ਹਾਂ ਦੇ ਵਿੱਚ ਬਾਬਾ ਤੇਰਾ ਨਨਕਾਣਾ ਅਤੇ ਤਲਵਾਰ ਮੈਂ ਕਲਗੀ ਧਰਦੀ ਹਾਂ ਇਹ ਕਾਫ਼ੀ ਜ਼ਿਆਦਾ ਮਸ਼ਹੂਰ ਰਹੇ। 1987 'ਚ ਪੰਜਾਬੀ ਫਿਲਮ ਪਟੋਲਾ 'ਚ ਚਮਕੀਲਾ ਦਾ ਗਾਣਾ ਲਲਕਾਰਾ ਕਾਫ਼ੀ ਹਿੱਟ ਹੋਇਆ, ਅਤੇ ਇਸ ਦੀ ਵਜ੍ਹਾ ਦੇ ਨਾਲ ਹੀ ਪੂਰੀ ਫਿਲਮ ਵੀ ਸੁਪਰ ਹਿੱਟ ਹੋ ਗਈ। ਪਰ ਕੀ ਚਮਕੀਲਾ ਦੀ ਕਿਸੇ ਦੇ ਨਾਲ ਦੁਸ਼ਮਣੀ ਸੀ? ਇਸ ਸਵਾਲ ਤੇ ਚਮਕੀਲਾ ਦੇ ਮੈਨੇਜਰ ਕੁਲਵਿੰਦਰ ਦਾ ਕਹਿਣਾ ਹੈ ਕਿ 1987 ਤੱਕ ਆਉਂਦੇ ਆਉਂਦੇ ਚਮਕੀਲਾ ਨੂੰ ਫਿਰੋਤੀ ਵਾਲੇ ਖੱਤ ਵੀ ਆਉਣੇ ਸ਼ੁਰੂ ਹੋ ਗਏ ਸੀ, ਅਤੇ ਕਈਆਂ ਨੂੰ ਤਾਂ ਪੈਸੇ ਵੀ ਦਿੱਤੇ ਗਏ। ਧਮਕੀਆਂ ਦੇ ਚੱਲਦਿਆਂ ਚਮਕੀਲੇ ਦੇ ਨਾਲ ਕੰਮ ਕਰਨ ਵਾਲੇ ਕਈ ਕਲਾਕਾਰ ਉਸਨੂੰ ਛੱਡ ਕੇ ਜਾਣਾ ਸ਼ੁਰੂ ਹੋ ਗਏ। ਚਮਕੀਲਾ ਆਪਣੇ ਸਾਥੀ ਕਲਾਕਾਰਾਂ ਨੂੰ ਇਹੀ ਆਖਦਾ ਸੀ ਕਿ ਜਿਸ ਗੋਲੀ ਦੇ ਉੱਤੇ ਮੇਰਾ ਨਾਮ ਲਿਖਿਆ ਹੋਇਆ ਉਹ ਮੈਨੂੰ ਹੀ ਵੱਜੇਗੀ, ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ, ਕਿਉਂਕਿ ਆਖਿਰਕਾਰ ਗਾਏ ਤਾਂ ਗਾਣੇ ਮੈਂ ਹੀ ਹਾਂ। ਫਿਰ ਆਇਆ 8 ਮਾਰਚ 1988 ਦਾ ਦਿਨ।
ਫਿਲੌਰ ਦੇ ਕੋਲ ਵਸਦੇ ਪਿੰਡ ਮੈਸੂਮਪੁਰ ਵਿੱਚ ਚਮਕੀਲੇ ਦਾ ਅਖਾੜਾ ਸੀ। ਇਹ ਚਮਕੀਲੇ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਣ ਵਾਲਾ ਸੀ। ਦੁਪਹਿਰ ਤਕਰੀਬਨ 1:30 ਵਜੇ ਚਮਕੀਲਾ ਤੇ ਅਮਰਜੋਤ ਸਟੇਜ ਤੋਂ ਥੋੜ੍ਹੀ ਦੂਰੀ 'ਤੇ ਆਪਣੀ ਅੰਬੈਸਡਰ ਗੱਡੀ 1786 ਤੋਂ ਉਤਰਦੇ ਨੇ ਤਾਂ ਬਸ ਉਸੇ ਵੇਲੇ 3 ਲੋਕ AK-47 ਦੇ ਨਾਲ ਫਾਇਰਿੰਗ ਸ਼ੁਰੂ ਕਰ ਦਿੰਦੇ ਨੇ। ਇਸ ਗੋਲੀਬਾਰੀ 'ਚ ਪਹਿਲੇ ਅਮਰਜੋਤ ਦੀ ਮੌਤ ਹੁੰਦੀ ਹੈ ਅਤੇ ਫਿਰ ਚਮਕੀਲਾ ਨੂੰ ਗੋਲੀਆਂ ਦੇ ਨਾਲ ਭੁੰਨਿਆ ਜਾਂਦਾ ਹੈ, ਜਿਸ ਤੋਂ ਬਾਅਦ ਚਮਕੀਲਾ ਵੀ ਦਮ ਤੋੜ ਦਿੰਦਾ। ਇਹਨਾਂ ਦੋਨਾਂ ਤੋਂ ਇਲਾਵਾ ਢੋਲਕੀ ਵਾਦਕ ਬਲਦੇਵ ਸਿੰਘ ਅਤੇ ਹਰਜੀਤ ਸਿੰਘ ਗਿੱਲ ਦੀ ਵੀ ਮੌਤ ਹੋ ਜਾਂਦੀ ਹੈ। ਹੱਤਿਆ ਦੇ ਵੇਲੇ ਦਾ ਇੱਕ ਵਾਕਿਆ ਦੱਸਦੇ ਹੋਏ ਆਪਣੇ ਇੰਟਰਵਿਊ ਵਿੱਚ ਚਮਕੀਲੇ ਦੇ ਸਟੇਜ ਕੋਆਰਡੀਨੇਟਰ ਮਨਕੂ ਦੱਸਦੇ ਨੇ ਕਿ ਜਦ ਗੋਲੀਆਂ ਚੱਲੀਆਂ ਤਾਂ ਉਹ ਇੱਕ ਕਮਰੇ ਵਿੱਚ ਜਾ ਲੁਕੇ ਸਨ ਅਤੇ ਉਹ ਦੇਖਦੇ ਨੇ ਕਿ ਗੋਲੀ ਚਲਾਉਣ ਵਾਲਿਆਂ ਨੇ ਚਮਕੀਲੇ ਦੀ ਲਾਸ਼ ਦੇ ਉੱਤੇ ਇੱਕ ਚਿੱਠੀ ਰੱਖੀ ਅਤੇ ਲਾਸ਼ ਦੇ ਕੋਲ ਹੀ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਚਿੱਠੀ ਦੇ ਵਿੱਚ ਲਿਖਿਆ ਸੀ ਕਿ ਆਪਾਂ ਇਸ ਨੂੰ ਕਾਫੀ ਮਨਾ ਕੀਤਾ ਪਰ ਇਹ ਬਿਲਕੁਲ ਨਹੀਂ ਟਲਿਆ। ਹੱਤਿਆ ਦੇ ਵੇਲੇ ਚਮਕੀਲੇ ਦਾ ਇੱਕ ਹੋਰ ਸਾਥੀ ਸੀ ਜਿਸ ਦੇ ਹੱਥ ਵਿੱਚ ਗੋਲੀ ਵੱਜੀ ਸੀ, ਜਿਸ ਨੇ ਫਿਲੌਰ ਜਾ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਮੌਕੇ 'ਤੇ ਵੀ ਪਹੁੰਚੀ ਪਰ ਜਦ ਤੱਕ ਪੁਲਿਸ ਪਹੁੰਚੀ ਸਭ ਕੁਝ ਉਜੜ ਚੁੱਕਿਆ ਸੀ। ਕਤਲ ਦੇ ਵੇਲੇ ਚਮਕੀਲਾ ਅਤੇ ਅਮਰਜੋਤ ਦਾ ਛੋਟਾ ਮੁੰਡਾ ਰੀਕੂ ਮਹਿਜ਼ 1 ਮਹੀਨੇ ਦਾ ਸੀ ਪਰ ਮਾਂ ਦੇ ਗੁਜ਼ਰ ਜਾਣ ਤੋਂ ਬਾਅਦ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਚਮਕੀਲਾ ਅਤੇ ਅਮਰਜੋਤ ਦਾ ਇੱਕ ਹੋਰ ਮੁੰਡਾ ਵੀ ਹੈ ਜੈਮਨ, ਜੋ ਅੱਜ ਕੱਲ੍ਹ ਲੁਧਿਆਣਾ ਦੇ ਵਿੱਚ ਰਹਿੰਦਾ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਕਦੇ ਚਮਕੀਲਾ ਦੇ ਕਾਤਲ ਫੜੇ ਗਏ ਅਤੇ ਆਖਿਰ ਚਮਕੀਲਾ ਨੂੰ ਮਰਵਾਉਣ ਪਿੱਛੇ ਕਿਸ ਦਾ ਹੱਥ ਸੀ। ਸੱਚਾਈ ਤਾਂ ਇਹੀ ਹੈ ਕਿ 36 ਸਾਲ ਬਾਅਦ ਵੀ ਅੱਜ ਤੱਕ ਇਹ ਨਹੀਂ ਪਤਾ ਚੱਲਿਆ ਕਿ ਚਮਕੀਲੇ ਨੂੰ ਮਾਰਨ ਵਾਲੇ ਆਖਿਰ ਕੌਣ ਸਨ ਅਤੇ ਪੁਲਿਸ ਨੇ ਇਸ ਨੂੰ ਅਲਗਾਵਾਦੀਆਂ ਦੀ ਹਰਕਤ ਦੱਸ ਕੇ ਕੇਸ ਦੀ ਤਫਤੀਸ਼ ਕੀਤੀ ਪਰ ਹੱਥ ਕੁਝ ਨਾ ਲੱਗਿਆ। ਹਾਲਾਂਕਿ ਚਮਕੀਲੇ ਦੇ ਕਤਲ ਪਿੱਛੇ ਕਾਫੀ ਥਿਊਰੀਸ ਨੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਚਮਕੀਲੇ ਨੂੰ ਮਰਵਾਉਣ ਪਿੱਛੇ ਅਮਰਜੋਤ ਦੇ ਘਰਦਿਆਂ ਦਾ ਹੀ ਹੱਥ ਸੀ ਕਿਉਂਕਿ ਇਸ ਨੂੰ ਆਨਰ ਕਿਲਿੰਗ ਦਾ ਵੀ ਮਾਮਲਾ ਦੱਸਿਆ ਜਾਂਦਾ ਹੈ। ਚਮਕੀਲਾ ਦਲਿਤ ਸੀ ਅਤੇ ਅਮਰਜੋਤ ਜੱਟ ਸਿੱਖ, ਜਿਸ ਕਰਕੇ ਇਹ ਗੱਲ ਸਾਹਮਣੇ ਆਈ। ਪਰ ਚਮਕੀਲਾ ਦੇ ਮੈਨੇਜਰ ਕੁਲਵਿੰਦਰ ਨੇ ਇਸ ਗੱਲ ਦਾ ਖੰਡਨ ਕੀਤਾ ਕਿਉਂਕਿ ਉਹਨਾਂ ਦੇ ਮੁਤਾਬਿਕ ਇਹਨਾਂ ਦੋਨਾਂ ਦਾ ਵਿਆਹ ਪਰਿਵਾਰ ਦੀ ਰਜ਼ਾਮੰਦੀ ਦੇ ਨਾਲ ਹੋਇਆ ਸੀ। ਦੂਜੀ ਥਿਊਰੀ ਇਹ ਕਹਿੰਦੀ ਹੈ ਕਿ ਅਲਗਾਵਾਦੀਆਂ ਨੇ ਚਮਕੀਲਾ ਨੂੰ ਮਾਰਿਆ, ਪਰ ਗੱਲ ਇਹ ਹੈ ਕਿ ਚਮਕੀਲਾ ਨੇ 1986 ਦੇ ਵਿੱਚ ਹੀ ਇਹਨਾਂ ਕੋਲੋਂ ਮੁਆਫ਼ੀ ਮੰਗ ਲਈ ਸੀ ਅਤੇ ਉਸ ਤੋਂ ਬਾਅਦ ਚਮਕੀਲਾ ਨੇ ਕੋਈ ਵੀ ਅਸ਼ਲੀਲ ਗਾਣਾ ਨਹੀਂ ਗਾਇਆ ਸੀ। ਪਰ ਆਪਣੇ ਇੱਕ ਇੰਟਰਵਿਊ ਵਿੱਚ ਚਮਕੀਲੇ ਦੇ ਨਾਲ ਕੰਮ ਕਰ ਚੁੱਕੇ ਲਿਖਾਰੀ ਤੇ ਗਾਇਕ ਸਵਨ ਸਿਬੀਆ ਦਾ ਕਹਿਣਾ ਹੈ ਕਿ HMV ਦੀ ਇੱਕ ਗਲਤੀ ਕਰਕੇ ਅਲਗਾਵਾਦੀ ਚਮਕੀਲੇ ਤੋਂ ਕਾਫ਼ੀ ਜ਼ਿਆਦਾ ਨਾਰਾਜ਼ ਫਿਰ ਤੋਂ ਹੋ ਗਏ ਸੀ ਕਿਉਂਕਿ ਸਵਨ ਸਿਬੀਆ ਦਾ ਕਹਿਣਾ ਹੈ ਕਿ 1986 'ਚ ਮੁਆਫ਼ੀ ਮੰਗਣ ਤੋਂ ਬਾਅਦ ਚਮਕੀਲੇ ਦੀ ਇੱਕ ਐਲਬਮ ਰਿਲੀਜ਼ ਹੋਣ ਵਾਲੀ ਸੀ ਜਿਸ 'ਚ ਇੱਕ ਅਸ਼ਲੀਲ ਗਾਣਾ ਵੀ ਸੀ ਜਿਸ ਨੂੰ ਚਮਕੀਲੇ ਨੇ ਹਟਵਾ ਤਾਂ ਦਿੱਤਾ ਸੀ, ਨਵਾਂ ਗੀਤ ਵੀ ਰਿਕਾਰਡ ਕੀਤਾ, ਪਰ HMV ਨੇ ਉਸ ਗਾਣੇ ਨੂੰ ਰਿਲੀਜ਼ ਕੀਤਾ ਜੋ ਅਸ਼ਲੀਲ ਸੀ ਅਤੇ ਹੋ ਸਕਦਾ ਕਿ ਇਸ ਗੀਤ ਦੇ ਕਰਕੇ ਹੀ ਜੋ ਕੰਪਨੀ HMV ਨੇ ਹਰਕਤ ਕੀਤੀ ਹੈ ਉਸ ਦਾ ਅੰਜਾਮ ਇਹ ਨਿਕਲਿਆ ਕਿ ਚਮਕੀਲੇ ਦਾ ਕਤਲ ਕਰ ਦਿੱਤਾ ਗਿਆ। ਚਮਕੀਲੇ ਦੀ ਮੌਤ ਦਾ ਤੀਜਾ ਕਾਰਨ ਕੁਝ ਕਲਾਕਾਰਾਂ ਨੂੰ ਵੀ ਆਖਿਆ ਜਾਂਦਾ ਜਿਨ੍ਹਾਂ ਦਾ ਕੰਮ ਚਮਕੀਲੇ ਦੀ ਦੀਵਾਨਗੀ ਕਰਕੇ ਠੱਪ ਹੋ ਗਿਆ ਸੀ ਅਤੇ ਆਪਣੇ ਕੰਪੀਟੀਸ਼ਨ ਨੂੰ ਖਤਮ ਕਰਨ ਵਾਸਤੇ ਕੁਝ ਕਲਾਕਾਰਾਂ ਨੇ ਚਮਕੀਲੇ ਨੂੰ ਹੀ ਮਰਵਾ ਦਿੱਤਾ। ਉੱਥੇ ਹੀ ਚੌਥੀ ਥਿਊਰੀ ਇਹ ਕਹਿੰਦੀ ਹੈ ਕਿ ਚਮਕੀਲੇ ਦਾ ਇੱਕ ਵਾਰ ਸਟੇਜ 'ਤੇ ਵਿਵਾਦ ਹੋ ਗਿਆ ਸੀ ਜਿਸ ਕਰਕੇ ਉਸਦਾ ਕਤਲ ਕਰਵਾ ਦਿੱਤਾ ਗਿਆ ਪਰ ਅੱਜ ਤੱਕ ਕੋਈ ਵੀ ਫੈਕਟ ਸਿੱਧ ਨਹੀਂ ਹੋਇਆ। ਕੁੱਲ ਮਿਲਾ ਕੇ ਗੱਲ ਹੁਣ ਇੱਥੇ ਮੁੱਕਦੀ ਹੈ ਕਿ ਪੰਜਾਬੀ ਗਾਇਕੀ ਦਾ ਇੱਕ ਸਿਤਾਰਾ ਜੋ ਅਜਿਹਾ ਚਮਕਿਆ ਕਿ ਚਮਕੀਲਾ ਹੋ ਗਿਆ ਪਰ ਗੋਲੀਆਂ ਦੀ ਆਵਾਜ਼ ਨੇ ਗਾਇਕ ਦੀ ਆਵਾਜ਼ ਨੂੰ ਹਮੇਸ਼ਾ ਦੇ ਲਈ ਖਾਮੋਸ਼ ਕਰ ਦਿੱਤਾ। ਵੈਸੇ ਚਮਕੀਲਾ ਉੱਤੇ ਨਵੀਂ ਫਿਲਮ ਵੀ ਰਿਲੀਜ਼ ਹੋਈ ਹੈ ਜਿਸ ਵਿੱਚ ਦਿਲਜੀਤ ਮੁੱਖ ਤੌਰ 'ਤੇ ਸਾਨੂੰ ਐਜ਼ ਅ ਚਮਕੀਲਾ ਦੇਖਣ ਨੂੰ ਮਿਲ ਰਹੇ ਨੇ। ਤੁਸੀਂ ਫਿਲਮ ਨੂੰ ਨੈੱਟਫਲਿਕਸ 'ਤੇ ਦੇਖ ਸਕਦੇ ਹੋ। ਵੈਸੇ ਜੇਕਰ ਤੁਹਾਨੂੰ ਜਾਣਕਾਰੀ ਵੀਡੀਓ ਦੇ ਵਿੱਚ ਸੁਣ ਕੇ ਵਧੀਆ ਲੱਗੀ ਹੈ ਤਾਂ ਇਸ ਨੂੰ ਆਪਣੇ ਯਾਰਾਂ ਦੋਸਤਾਂ ਦੇ ਨਾਲ ਸਾਂਝਾ ਕਰੋ, ਕਮੈਂਟ ਕਰੋ, ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਮਿਲਦੇ ਹਾਂ ਅਗਲੀ ਵਾਰ ਇੱਕ ਨਵੀਂ ਵੀਡੀਓ ਦੇ ਨਾਲ। ਧੰਨਵਾਦ।